ਯੂਕੇ ਵਿੱਚ ਕੋਰੋਨਾ ਵਾਇਰਸ ਦੀ ਜਾਂਚ ਕਰਵਾਉਣ ਤੋਂ ਇਨਕਾਰ ਕਰਨ 'ਤੇ 1000 ਪਾਉਂਡ ਯਾਨੀ 91,000 ਰੁਪਏ ਤੱਕ ਦਾ ਜੁਰਮਾਨਾ ਅਤੇ ਜੇਲ੍ਹ ਹੋ ਸਕਦੀ ਹੈ। ਜਾਣਕਾਰੀ ਮੁਤਾਬਕ ਇੰਗਲੈਂਡ ਪੁਲਿਸ ਨੂੰ ਐਮਰਜੈਂਸੀ ਪਾਵਰਾਂ ਦਿੱਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਘੋਸ਼ਣਾ ਅਗਲੇ ਹਫ਼ਤੇ ਹੋ ਸਕਦੀ ਹੈ। ਇਹ ਕਦਮ ਉਸ ਵਕਤ ਚੁੱਕਿਆ ਜਾ ਰਿਹਾ ਜਦੋਂ ਯੂਕੇ ਵਿੱਚ ਰਾਤੋ ਰਾਤ ਮਰਨ ਵਾਲਿਆਂ ਦੀ ਗਿਣਤੀ 21 ਤੋਂ 35 ਤੱਕ ਪਹੁੰਚ ਗਈ ਅਤੇ ਕੋਵਿਡ-19 ਦੇ ਮਾਮਲੇ 1140 ਤੋਂ ਵੱਧ ਕੇ 1391 ਹੋ ਗਏ ਨੇ। ਯੂਕੇ ਸਰਕਾਰ ਦੀ ਵੈਬਸਾਈਟ 'ਤੇ ਪ੍ਰਕਾਸ਼ਿਤ ਹੈਲਥ ਪ੍ਰੋਟੈਕਸ਼ਨ ਰੈਗੂਲੇਸ਼ਨ 2020 ਮੁਤਾਬਕ ਲੋਕਾਂ ਨੂੰ ਸੁਰੱਖਿਅਤ ਹਸਪਤਾਲ ਜਾਂ ਕਿਸੇ ਹੋਰ ਢੁਕਵੀਂ ਜਗ੍ਹਾ 'ਤੇ 14 ਦਿਨ ਤੱਕ ਰੱਖਿਆ ਜਾ ਸਕਦਾ ਹੈ ਅਤੇ ਜੇਕਰ ਕੋਈ ਇਹ ਮਿਆਦ ਪੂਰੀ ਹੋਣ ਤੋਂ ਪਹਿਲਾਂ ਹੀ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਨੂੰ ਗ੍ਰਿਫਤਾਰ ਕਰਕੇ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ। ਇੰਗਲੈਂਡ ਦੀ ਦਾ ਟੈਲੀਗ੍ਰਾਫ ਦੀ ਰਿਪੋਰਟ ਦੇ ਮੁਤਾਬਕ ਨਿਯਮਾਂ ਦੀ ਪਾਲਣਾ ਨਾ ਕਰਨਾ ਇੱਕ ਅਪਰਾਧਿਕ ਜੁਰਮ ਮੰਨਿਆ ਜਾਵੇਗਾ। 1000 ਪਾਉਂਡ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਜੁਰਮਾਨਾ ਨਾ ਦਿੱਤਾ ਤਾਂ ਜੇਲ੍ਹ ਵਿੱਚ ਭੇਜਿਆ ਜਾ ਸਕਦਾ ਹੈ। ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਅਧਿਕਾਰੀਆਂ ਨੂੰ ਇਹ ਵੀ ਦੱਸਣਾ ਹੋਵੇਗਾ ਕਿ ਉਹ ਕਿਸ ਨੂੰ ਮਿਲੇ ਹਨ ਅਤੇ ਕਿੱਥੇ ਕਿੱਥੇ ਉਹਨਾਂ ਨੇ ਯਾਤਰਾ ਕੀਤੀ ਹੈ। ਉੱਥੇ ਹੀ ਸਕਾਟਲੈਂਡ ਵਿੱਚ ਪਹਿਲਾਂ ਹੀ ਇਸ ਤਰ੍ਹਾਂ ਦੇ ਨਿਯਮ ਲਾਗੂ ਹੋ ਗਏ ਨੇ। ਯੂਰਪ ਵਿੱਚ ਮੌਜੂਦਾ ਸਮੇਂ ਤੋਂ ਹਾਲਾਤ ਸਭ ਤੋਂ ਖਰਾਬ ਨੇ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜਰਮਨੀ, ਫਰਾਂਸ, ਸਵਿਟਜ਼ਰਲੈਂਡ, ਆਸਟਰੀਆ, ਲਕਜ਼ਮਬਰਗ ਅਤੇ ਡੈਨਮਾਰਕ ਨਾਲ ਲੱਗਦੀਆਂ ਆਪਣੀ ਸਰਹੱਦਾਂ ਨੂੰ ਆਸ਼ੰਕ ਤੌਰ 'ਤੇ ਬੰਦ ਕਰਨ ਜਾ ਰਿਹਾ ਹੈ। ਜਾਇਜ਼ ਕਾਰਨ ਤੋਂ ਬਿਨਾਂ ਲੋਕਾਂ ਨੂੰ ਹੁਣ ਜਰਮਨੀ ਵਿੱਚ ਦਾਖਲ ਹੋਣ ਅਤੇ ਛੱਡਣ ਦੀ ਮਨਜ਼ੂਰੀ ਨਹੀਂ ਹੋਵੇਗੀ। ਜਰਮਨੀ ਦੀਆਂ ਨੀਦਰਲੈਂਡ ਅਤੇ ਬੈਲਜੀਅਮ ਨਾਲ ਵੀ ਸਰਹੱਦਾਂ ਨੇ ਜੋ ਪ੍ਰਭਾਵਿਤ ਨਹੀਂ। ਯੂਰਪ ਵਿੱਚ ਸਭ ਤੋਂ ਬੁਰੀ ਤਰ੍ਹਾਂ ਇਟਲੀ ਪ੍ਰਭਾਵਿਤ ਹੈ, ਜਿੱਥੇ ਮੌਤਾਂ ਦੀ ਗਿਣਤੀ 1809 ਹੋ ਗਈ ਹੈ ਅਤੇ 24,747 ਮਾਮਲੇ ਹੁਣ ਤੱਕ ਇਨਫੈਕਟਡ ਨੇ। ਇਟਲੀ ਵਿੱਚ ਲੋਬਾਰਡੀ ਸਭ ਤੋਂ ਵੱਧ ਬੁਰੇ ਦੌਰ ਵਿੱਚੋਂ ਲੰਘ ਰਿਹਾ ਹੈ। 1218 ਮੌਤਾਂ ਸਿਰਫ ਇਸ ਇਲਾਕੇ ਵਿੱਚ ਹੋਈਆਂ ਨੇ। ਸਪੇਨ ਅਤੇ ਫਰਾਂਸ ਨੇ ਵੀ ਲੋਕਾਂ ਨੂੰ ਬਿਨਾਂ ਕਾਰਨ ਤੋਂ ਘਰੋਂ ਨਿਕਲਣ 'ਤੇ ਪਾਬੰਦੀ ਲਗਾ ਦਿੱਤੀ ਹੈ। ਰੈਸਟੋਰੈਂਟ, ਦੁਕਾਨਾਂ ਅਤੇ ਸਿਨੇਮਾ ਘਰਾਂ ਨੂੰ ਕਈ ਜਗ੍ਹਾ 'ਤੇ ਬੰਦ ਕਰ ਦਿੱਤਾ ਗਿਆ। ਬਿਊਰੋ ਰਿਪੋਰਟ, ਆਜ਼ਾਦ ਕੰਮ ਟੀਵੀ।